ਸਰਦਾਰ ਜਰਨੈਲ ਸਿੰਘ ਹੋਰਾਂ ਦਾ ਸਵਾਗਤ ਸਰਦਾਰ ਰਾਣੂ ਵਾਲੀਆ ਗੁਲਦਸਤੇ ਨਾਲ ਕਰ ਰਹੇ ਨੇ। ਬਹੁਤ ਬਹੁਤ ਧੰਨਵਾਦ। ਇਹ ਸਾਡਾ ਰਾਸ਼ਟਰੀ ਕਵੀ ਦਰਬਾਰ। ਮੈਂ ਤੁਹਾਡੇ 'ਚ ਜ਼ਿਆਦਾ ਸਮਾਂ ਨਾ ਰਹਿੰਦਾ ਹੋਇਆ, ਹੁਣ ਇਸ ਕਵੀ ਦਰਬਾਰ ਦੀ ਐਂਕਰਿੰਗ ਵਾਸਤੇ ਮੈਂ ਬੇਨਤੀ ਕਰਾਂਗਾ ਸਤਿੰਦਰ ਸੱਤੀ ਨੂੰ, ਜਿਹੜੇ ਖੁਦ ਇੱਕ ਕਵੀ ਵੀ ਨੇ, ਐਂਕਰ ਵੀ ਨੇ ਅਤੇ ਅੱਜ ਕੱਲ੍ਹ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਪਰਸਨ ਨੇ। ਉਹਨਾਂ ਬਾਰੇ ਜ਼ਿਆਦਾ ਮੈਂ ਕੀ ਕਹਾਂ ਕਿ ਮੈਨੂੰ ਲੱਗਦਾ ਕਿ ਤੁਸੀਂ ਸਭ ਮੇਰੇ ਨਾਲੋਂ ਜ਼ਿਆਦਾ ਉਹਨਾਂ ਬਾਰੇ ਜਾਣਦੇ ਹੋ, ਪਰ ਉਹਨਾਂ ਦਾ ਅੱਜ ਵਾਲਾ ਇਹ ਨਵਾਂ ਰੂਪ ਤੁਸੀਂ ਵੇਖੋਗੇ ਕਿ ਸਾਹਿਤਕ ਪ੍ਰੋਗਰਾਮਾਂ ਦੀ, ਕਵੀ ਦਰਬਾਰਾਂ ਦੀ ਵੀ ਉਹ ਐਂਕਰਿੰਗ ਕਰ ਰਹੇ ਨੇ। ਇੱਕ ਵਾਰੀ ਜ਼ੋਰਦਾਰ ਤਾਲੀਆਂ ਦੇ ਨਾਲ ਉਹਨਾਂ ਦਾ ਸਵਾਗਤ ਕਰੋ, ਸਤਿੰਦਰ ਸੱਤੀ। ਬਹੁਤ ਹੀ ਸਤਿਕਾਰਯੋਗ ਵਾਈਸ ਚੇਅਰਮੈਨ ਪੰਜਾਬੀ ਅਕੈਡਮੀ ਸਰਦਾਰ ਜਰਨੈਲ ਸਿੰਘ ਜੀ, ਸਕੱਤਰ ਸਾਹਿਬ ਗੁਰਪ੍ਰੀਤ ਜੀ, ਐਕਸ ਕੈਬਨਿਟ ਮਿਨਿਸਟਰ ਸਰਦਾਰ ਰਾਮੂ ਵਾਲੀਆ ਜੀ, ਬੈਠੇ ਹੋਏ ਮੋਜ਼ਸ ਹਾਸਟਰੀਨ, ਔਰ ਬਹੁਤ ਹੀ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਇੱਕ ਖਾਸ ਮੁਕਾਮ ਰੱਖਣ ਵਾਲੇ ਸਾਰੇ ਕਵੀ, ਖੁਸ਼ਾਮਦੀਦ ਜੀ ਆਇਆਂ ਨੂੰ। ਰੱਖ ਹੌਸਲਾ ਕਰ ਫਤਿਹ ਦੁਨੀਆ, ਦੁੱਖ ਸੁੱਖ 'ਤੇ ਤਾਣਾ ਬਾਣਾ ਏ, ਜੋ ਡਿੱਗਦੇ ਨੇ ਉਹ ਢਹਿ ਜਾਂਦੇ, ਚੱਲ ਸਮੇਂ ਨਾਲ ਕਿ ਤੇਰੇ ਨਾਲ ਜ਼ਮਾਨਾ ਏ। ਮੈਂ ਲਫ਼ਜ਼ ਨਹੀਂ ਜੋ ਮਿੱਟ ਜਾਵਾਂ, ਮੇਰਾ ਤੇਜ ਵੇਖ ਅਜੇ ਤਾਂ ਮੈਂ ਇਤਿਹਾਸ ਬਣਾਉਣਾ ਏ। ਮੈਂ ਸਾਹਾਂ ਦੀ ਮੁਹਤਾਜ ਨਹੀਂ ਕਿ ਡਰ ਜਾਵਾਂ, ਮੈਂ ਸਾਹਾਂ ਦੀ ਮੁਹਤਾਜ ਨਹੀਂ ਕਿ ਡਰ ਜਾਵਾਂ, ਅਜੇ ਮੇਰੇ ਲਫ਼ਜ਼ਾਂ ਦੇ ਹੁਨਰ ਦਾ ਜਲਵਾ ਮੈਂ ਜੱਗ ਨੂੰ ਵਿਖਾਉਣਾ ਏ, ਮੈਂ ਜੱਗ ਨੂੰ ਵਿਖਾਉਣਾ। ਅੱਜ ਇਸ ਗੁਲਦਸਤੇ ਦੇ ਰਾਹੀਂ ਉਹ ਤਮਾਮ ਫੁੱਲ ਤੁਹਾਡੇ ਸਾਥੀ ਨਜ਼ਰ ਕਰ ਰਿਹਾ। ਮੈਂ ਸਭ ਤੋਂ ਪਹਿਲਾਂ ਸੱਦਾ ਦੇ ਰਹੀ ਹਾਂ, ਖਾਸ ਤੌਰ 'ਤੇ ਇੱਕ ਚੰਗੀ ਗੱਲ ਮੈਂ ਗੁਰਪ੍ਰੀਤ ਜੀ ਨੂੰ ਇਹ ਕਹਾਂਗੀ ਕਿ ਇਸ ਕਵੀ ਦਰਬਾਰ ਦੀ ਇਹ ਹੈ ਕਿ ਜਿੱਥੇ ਤੁਸੀਂ ਉਹਨਾਂ ਕਵੀਆਂ ਨੂੰ ਸੁਣਿਆ ਜੋ ਕਵੀ ਸਥਾਪਿਤ ਨੇ, ਇੱਕ ਇਹਨਾਂ ਨੇ ਆਪਣੇ ਵੱਲੋਂ ਉਪਰਾਲਾ ਕੀਤਾ ਕਿ ਮੇਨ ਸਟ੍ਰੀਮ ਦੇ ਉਹ ਬਹੁਤ ਸਾਰੇ ਰਾਈਟਰਸ ਜਿਹੜੇ ਆਪਣੇ ਗੀਤਾਂ ਦੇ ਕਰਕੇ, ਆਪਣੇ ਲਿਰਿਕਸ ਦੇ ਕਰਕੇ ਪੂਰੀ ਦੁਨੀਆ 'ਚ ਮਕਬੂਲ ਨੇ, ਉਹਨਾਂ ਨੂੰ ਵੀ ਅੱਜ ਇਹਦੇ ਵਿੱਚ ਸ਼ਮੂਲੀਅਤ ਜਿਹੜੀ ਉਹ ਦਿੱਤੀ ਗਈ ਹੈ। ਔਰ ਉਹਨਾਂ ਦੇ ਨਾਲ ਹੀ ਮੈਂ ਸ਼ੁਰੂਆਤ ਕਰ ਰਹੀ ਹਾਂ ਅੱਜ ਦੇ ਇਸ ਕਵੀ ਦਰਬਾਰ ਦੀ। ਬਹੁਤ ਵੱਡਾ ਨਾਮ, ਗੁਰਦਾਸ ਮਾਨ ਸਾਹਿਬ ਤੋਂ ਲੈ ਕੇ ਹੰਸਰਾਜ ਜੀ ਤੋਂ ਲੈ ਕੇ ਸ਼ਾਇਦ ਹੀ ਕੋਈ ਇਹੋ ਜਿਹਾ ਗਵੱਈਆ ਹੋਏਗਾ ਜਿਨ੍ਹਾਂ ਨੇ ਉਹਨਾਂ ਦੀ ਪਾਏਦਾਰ ਗੀਤ ਨਾ ਗਾਏ ਹੋਣ, ਪਰ ਇੱਕ ਗੀਤਕਾਰ ਦੇ ਨਾਲ ਨਾਲ ਬੜੇ ਹੀ ਉਮਦਾ ਗਜ਼ਲ ਕੋਵੀ ਨੇ। ਚਾਹੇ ਜਗ ਜਿਉਂਦਿਆਂ ਦੇ ਮੇਲੇ ਦੀ ਗੱਲ ਹੋਵੇ ਅਤੇ ਭਾਵੇਂ ਇਸ਼ਕੇ ਦੀ ਬਰਸਾਤ ਦੀ। ਸੋ ਸ਼ੁਰੂਆਤ ਕਰ ਰਹੇ ਹਾਂ ਜੀ ਵਿਜੇ ਧਰਮੀ ਜੀ ਦੇ ਨਾਲ। ਇਸ ਧਰਤੀ ਦੇ ਸਭ ਤੋਂ ਵੱਧ ਤਾਕਤਵਰ ਸਾਹਿਤਕਾਰ ਦੋਸਤੋ ਅਤੇ ਪੰਜਾਬੀ ਜ਼ੁਬਾਨ ਨੂੰ ਮੁਹੱਬਤ ਕਰਨ ਵਾਲੇ ਦੋਸਤੋ, ਤੁਹਾਨੂੰ ਇਸ ਕਵੀ ਦਰਬਾਰ ਦੀਆਂ ਬਹੁਤ ਬਹੁਤ ਮੁਬਾਰਕਾਂ। ਸੋ ਇੱਕ ਗਜ਼ਲ ਦੇ ਨਾਲ ਆਗਾਜ਼ ਕਰ ਰਿਹਾ ਮੈਂ ਹਾਜ਼ਰੀ ਦੁਆਰਿਆਂ। ਮਤਲਬ ਹੈ, ਗਵਾਚੇ ਵਕਤ ਦਾ ਅਹਿਸਾਸ ਹੈ ਮੈਂ ਸਿਰ ਝੁਕਾ ਲੈਣਾ, ਗਵਾਚੇ ਵਕਤ ਦਾ ਅਹਿਸਾਸ ਹੈ ਮੈਂ ਸਿਰ ਝੁਕਾ ਲੈਣਾ, ਬਣਾ ਕੇ ਮੋਰ ਕਾਗਜ਼ 'ਤੇ ਹੀ ਮੈਂ ਪਹਿਲਾਂ ਪਵਾ ਲੈਣਾ, ਗਵਾਚੇ ਵਕਤ ਦਾ ਅਹਿਸਾਸ ਹੈ ਮੈਂ ਸਿਰ ਝੁਕਾ ਲੈਣਾ, ਬਣਾ ਕੇ ਮੋਰ ਕਾਗਜ਼ 'ਤੇ ਹੀ ਮੈਂ ਪਹਿਲਾਂ ਪਵਾ ਲੈਣਾ। ਦੂਸਰਾ ਸ਼ੇਰ, ਸਾਰੇ ਸਾਹਿਤਕਾਰ ਦੋਸਤ ਬਹੁਤ ਸਾਡੇ ਤੋਂ ਸੀਨੀਅਰ ਬੈਠੇ ਨੇ, ਸਾਰੇ ਨਜ਼ਰ ਚੁਰਾ ਜੱਜੇ ਦੇ ਪੈਰਾਂ ਚੋਂ ਧਰਾਂ ਬਿੰਦੀ ਤੇਰੇ ਮੱਥੇ, ਚੁਰਾ ਜੱਜੇ ਦੇ ਪੈਰਾਂ ਚੋਂ ਧਰਾਂ ਬਿੰਦੀ ਤੇਰੇ ਮੱਥੇ, ਸਜ਼ਾ ਜੋ ਵੀ ਮਿਲੇ ਮੈਨੂੰ ਖਿੜੇ ਮੱਥੇ ਸਜਾ ਲੈਣਾ। ਚੁਰਾ ਜੱਜੇ ਦੇ ਪੈਰਾਂ ਚੋਂ ਧਰਾਂ ਬਿੰਦੀ ਤੇਰੇ ਮੱਥੇ, ਸਜ਼ਾ ਜੋ ਵੀ ਮਿਲੇ ਮੈਨੂੰ ਖਿੜੇ ਮੱਥੇ ਸਜਾ ਲੈਣਾ, ਬੜਾ ਖੁਸ਼ ਹਾਂ ਕਿ ਮੇਰੇ ਚੇਤਿਆਂ ਚੋਂ ਇਹ ਨਹੀਂ ਮਿਟਦਾ, ਬੜਾ ਖੁਸ਼ ਹਾਂ ਕਿ ਮੇਰੇ ਚੇਤਿਆਂ ਚੋਂ ਇਹ ਨਹੀਂ ਮਿਟਦਾ, ਜਿਵੇਂ ਮਾਂ ਝਿੜਕਦੀ ਹੋਵੇ ਕਿ ਮੈਂ ਬਸਤਾ ਗਵਾ ਲੈਣਾ।
ਬੜਾ ਖੁਸ਼ ਹਾਂ ਕਿ ਮੇਰੇ ਚੇਤਿਆਂ ਚੋਂ ਇਹ ਨਹੀਂ ਮਿਟਦਾ ਜਿਵੇਂ ਮਾਂ ਝਿਲਕਦੀ ਹੋਵੇ ਕਿ ਮੈਂ ਬਸਤਾ ਗਵਾ ਲੈਣਾ ਕਿਸੇ ਨੇ ਨਾ ਸੁਲਾ ਆਪਣੀ ਕਰਾਉਣੀ ਮੰਨ ਲੈ ਯਾਰਾ ਕਿਸੇ ਨੇ ਨਾ ਸੁਲਾ ਆਪਣੀ ਕਰਾਉਣੀ ਮੰਨ ਲੈ ਯਾਰਾ ਕਿ ਤੂੰ ਮੈਨੂੰ ਮਨਾ ਯਾਰਾ ਤੇ ਮੈਂ ਤੈਨੂੰ ਮਨਾ ਲੈਣਾ। ਅਗਲਾ ਸ਼ੇਰ ਹੈ ਕਿ ਤੁਸੀਂ ਜੇ ਕੱਟ ਦਿੱਤੀ ਜੀਭ ਮੇਰੀ ਫੇਰ ਕੀ ਹੋਇਆ ਤੁਸੀਂ ਜੇ ਕੱਟ ਦਿੱਤੀ ਜੀਭ ਮੇਰੀ ਫੇਰ ਕੀ ਹੋਇਆ ਅਮਨ ਦਾ ਗੀਤ ਉਹ ਮੈਂ ਤਾਂ ਅਜੇ ਵੀ ਗੁਣਗੁਣਾ ਲੈਣਾ ਅਮਨ ਦਾ ਗੀਤ ਉਹ ਮੈਂ ਤਾਂ ਅਜੇ ਵੀ ਗੁਣਗੁਣਾ ਲੈਣਾ। ਮਕਤਾ ਹੈ ਕਿ ਹਜ਼ਾਰਾਂ ਵਾਰ ਸੂਰਜ ਪੁੱਛਦਾ ਹੁਣ ਮੈਂ ਚੜ੍ਹਾਂ ਜਾਂ ਨਾ ਹਜ਼ਾਰਾਂ ਵਾਰ ਸੂਰਜ ਪੁੱਛਦਾ ਹੁਣ ਮੈਂ ਚੜ੍ਹਾਂ ਜਾਂ ਨਾ ਜਦੋਂ ਵੀ ਮੈਂ ਕਲਮ ਦੀ ਨੋਕ ਤੇ ਜੁਗਨੂੰ ਬਿਠਾ ਲੈਣਾ ਜਦੋਂ ਵੀ ਮੈਂ ਕਲਮ ਦੀ ਨੋਕ ਤੇ ਜੁਗਨੂੰ ਬਿਠਾ ਲੈਣਾ। ਇਹ ਹਰਭਜਨ ਮਾਨ ਉਹਨਾਂ ਦੀ ਆਵਾਜ਼ ਵਿੱਚ ਆਉਂਦੇ ਦਿਨਾਂ ਵਿੱਚ ਗੀਤ ਤੁਸੀਂ ਸੁਣੋਗੇ। ਮੈਂ ਰਹਿਤ ਹਾਂ ਗੁਰੂਆਂ ਦੀ ਮਰਿਆਦਾ ਪੀਰਾਂ ਦੀ ਮੈਂ ਰਹਿਤ ਹਾਂ ਗੁਰੂਆਂ ਦੀ ਮਰਿਆਦਾ ਪੀਰਾਂ ਦੀ ਜੋ ਸਭ ਦੀ ਸੁੱਖ ਮੰਗਦੀ ਹਾਂ ਅਸੀਸ ਫਕੀਰਾਂ ਦੀ ਹਰ ਥਾਂ ਪਵਿੱਤਰ ਮੈਂ ਅੰਮ੍ਰਿਤ ਹਾਂ ਪਾਣੀ ਹਾਂ ਮੇਰੇ ਸਿਰ ਤੇ ਹੱਥ ਰੱਖਿਓ ਮੈਂ ਧੀ ਧਿਆਣੀ ਹਾਂ ਉਹ ਮੇਰੇ ਸਿਰ ਤੇ ਹੱਥ ਰੱਖਿਓ ਮੈਂ ਧੀ ਧਿਆਣੀ ਹਾਂ ਮਮਤਾ ਵਿੱਚ ਗੁੰਨੀ ਮੈਂ ਅਮੜੀ ਦੀ ਲੋਰੀ ਹਾਂ ਉਮਰਾਂ ਤੱਕ ਨਿਭਦੀ ਮੈਂ ਰੱਖੜੀ ਦੀ ਡੋਰੀ ਹਾਂ ਮਮਤਾ ਵਿੱਚ ਗੁੰਨੀ ਮੈਂ ਅਮੜੀ ਦੀ ਲੋਰੀ ਹਾਂ ਉਮਰਾਂ ਤੱਕ ਨਿਭਦੀ ਮੈਂ ਰੱਖੜੀ ਦੀ ਡੋਰੀ ਹਾਂ ਮੈਨੂੰ ਪੜੋ ਸੁਣੋ ਸਮਝੋ ਨਾਨਕ ਦੀ ਬਾਣੀ ਹਾਂ ਉਹ ਮੇਰੇ ਸਿਰ ਤੇ ਹੱਥ ਰੱਖਿਓ ਮੈਂ ਧੀ ਧਿਆਣੀ ਹਾਂ। ਇਸ ਤੋਂ ਬਾਅਦ ਮੈਂ ਦਾਵਤ ਦੇ ਰਹੀ ਹਾਂ ਜੀ ਬੜੇ ਇਨਕਲਾਬੀ ਸ਼ਾਇਰ ਨੇ ਉਹ ਵੀ ਤਰੰਨੁਮ ਚ ਗਾਉਂਦੇ ਨੇ ਮੇਰਾ ਕਿਉਂਕਿ ਪਹਿਲਾ ਕਵੀ ਦਰਬਾਰ ਹੈ ਮੈਂ ਅਕਲ ਔਰ ਤਜ਼ਰਬੇ 'ਚ ਇਹਨਾਂ ਸਾਰਿਆਂ ਨਾਲੋਂ ਘੱਟ ਕੰਮ ਤਰ੍ਹਾਂ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਇਹਨਾਂ ਦਾ ਰੰਗ ਜਿਹੜਾ ਉਹ ਥੋੜ੍ਹੇ ਜਿਹੇ ਅਲਫਾਜ਼ਾਂ ਦੇ ਨਾਲ ਤੁਹਾਡੇ ਤੱਕ ਇੱਕ ਕੜੀ ਦਾ ਰੂਪ ਦੇ ਵਿੱਚ ਜ਼ਰੂਰ ਪੇਸ਼ ਹੋਵਾਂ। ਸੋ ਮੈਂ ਬੜਾ ਸੁਣਿਆ ਇਹਨਾਂ ਬਾਰੇ ਬਹੁਤ ਹੀ ਅੱਛੇ ਸ਼ਾਇਰ ਨੇ ਜ਼ੋਰਦਾਰ ਤਾੜੀਆਂ ਦੇ ਨਾਲ ਜਗਸੀਰ ਜੀ ਦਾ ਜੀ। ਮੈਂ ਪੇਸ਼ ਕਰ ਕੇ ਕੁਝ ਬੋਲੀਆਂ ਮੁੰਡਾ ਸਿੱਖ ਗਿਆ ਲੀਡਰੀ ਕਰਨੀ ਮੁੰਡਾ ਸਿੱਖ ਗਿਆ ਲੀਡਰੀ ਕਰਨੀ ਤੇ ਗੰਜਿਆਂ ਨੂੰ ਕੰਘੇ ਵੇਚਦਾ 60 ਲੱਖ 'ਚ ਚੜ੍ਹੀ ਸਰਪੰਚੀ 60 ਲੱਖ 'ਚ ਚੜ੍ਹੀ ਸਰਪੰਚੀ ਤੇ ਵੋਟਾਂ 5 ਘੁੰਡ ਕੱਢ ਕੇ ਹੋ ਗਈ ਹਜਮ ਗ੍ਰਾਂਟ ਸਾਡੇ ਪਿੰਡ ਦੀ ਤੇ ਸਿਵਿਆਂ ਦੀ ਕੰਧ ਵਲ ਕੇ ਭ੍ਰਿਸ਼ਟਾਚਾਰ ਦੀ ਬਿਮਾਰੀ ਐਸੀ ਫੈਲੀ ਭ੍ਰਿਸ਼ਟਾਚਾਰ ਦੀ ਬਿਮਾਰੀ ਐਸੀ ਫੈਲੀ ਤੇ ਰੋਗੀ ਹੋ ਗਿਆ ਸਿਹਤ ਮੰਤਰੀ ਖੂਨ ਪੀ ਗਈ ਮਹਿੰਗਾਈ ਸਾਡਾ ਚੰਦਰੀ ਤੇ ਖੂਨਦਾਨ ਕਿੱਥੋਂ ਕਰੀਏ ਸਾਡਾ ਮਾਸਟਰ ਸਕੂਲੇ ਨਹੀਂ ਆਇਆ ਤੇ ਠੇਕੇ ਦਾ ਕਰਿੰਦਾ ਆ ਗਿਆ ਕਾਮਰੇਡਾਂ ਨੇ ਗੋਗੜਾ ਛੱਡੀਆਂ ਤੇ ਚੰਦਰਾ ਜਮਾਨਾ ਆ ਗਿਆ ਉੱਚੀ ਅੱਡੀ ਪਹਿਨ ਕੇ ਨਿਭਾਉਣੇ ਜੇ ਖਿਆਲਾਂ ਸੁਬਾਹ ਉੱਠ ਕੇ ਗੁਰੂ ਦਾ ਨਾਮ ਜਪੀਦਾ
ਸੁਬਾਹ ਉੱਠ ਕੇ ਗੁਰੂ ਦਾ ਨਾਮ ਜਪੀਦਾ ਤੇ ਬਿਜਲੀ ਦੀ ਕੁੰਡੀ ਪੱਟ ਕੇ ਸਾਨੂੰ ਨਾਮ ਦਾ ਜਹਾਜ਼ ਦੇ ਕੇ ਬਾਬੇ ਸਾਨੂੰ ਨਾਮ ਦਾ ਜਹਾਜ਼ ਦੇ ਕੇ ਬਾਬੇ ਹਵਾਈ ਜਹਾਜ਼ ਆਪ ਚੜ੍ਹ ਕੇ ਫੁੱਟਪਾਥਾਂ ਤੇ ਸੌਣ ਮੇਰੇ ਲੋਕੀ ਉਹ ਚੰਦ ਤੇ ਪਲਾਟ ਕੱਟ ਗਏ ਧੀਆਂ ਸਗਨ ਸਕੀਮਾਂ ਨੂੰ ਉਡੀਕਣ ਧੀਆਂ ਸਗਨ ਸਕੀਮਾਂ ਨੂੰ ਉਡੀਕਣ ਤੇ ਕੁਛੜ ਨਿਆਣੇ ਚੱਕ ਕੇ ਤਾਜ ਮਹਿਲ ਦੀ ਤਾਜਗੀ ਚੁਭਦੀ ਤਾਜ ਮਹਿਲ ਦੀ ਤਾਜਗੀ ਚੁਭਦੀ ਮੈਂ ਦੇਖਾਂ ਜਦੋਂ ਝੁੱਗੀ ਝੌਂਪੜੀ ਮੈਂ ਦੇਖਾਂ ਜਦੋਂ ਝੁੱਗੀ ਝੌਂਪੜੀ ਆਪ ਸਭ ਦਾ ਪ੍ਰਾਈਮ ਏਸ਼ੀਆ ਟੀਵੀ ਨੂੰ ਅਥਾਹ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ। ਸਾਡੇ ਅਗਲੇ ਪ੍ਰੋਗਰਾਮਾਂ ਦੀਆਂ ਅਪਡੇਟਸ ਲਈ YouTube ਤੇ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾਓ ਤੇ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਕਰਨਾ ਵੀ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਬਹੁਤ ਬਹੁਤ ਧੰਨਵਾਦ ਜਗਸੀਰ ਜੀ ਦਾ। ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਡਿਪਟੀ ਚੀਫ ਮਿਨਿਸਟਰ ਸ੍ਰੀ ਮਨੀਸ਼ ਸਿਸੋਦੀਆ ਜੀ, ਜਿਹੜੇ ਸਾਡੇ ਲੈਂਗੁਏਜ ਅਤੇ ਆਰਟ ਮਿਨਿਸਟਰ ਵੀ ਨੇ ਸਾਡੇ ਮਹਿਕਮੇ ਦੇ, ਉਹ ਸਾਡੇ ਵਿੱਚ ਆ ਚੁੱਕੇ ਨੇ। ਮੈਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ। ਮੈਂ ਬੇਨਤੀ ਕਰਾਂਗਾ ਮਨੀਸ਼ ਸਿਸੋਦੀਆ ਜੀ ਨੂੰ ਕਿ ਉਹ ਕਿਰਪਾ ਕਰਕੇ ਇੱਕ ਮਿੰਟ ਲਈ ਸਟੇਜ 'ਤੇ ਆ ਜਾਣ। ਮਨੀਸ਼ ਸਿਸੋਦੀਆ ਜੀ ਅਤੇ ਸਰਦਾਰ ਦਿਲਰਾਜ ਸਿੰਘ ਜੀ ਨੂੰ ਬੇਨਤੀ ਹੈ ਕਿ ਉਹਨਾਂ ਦਾ ਫੁੱਲਾਂ ਨਾਲ ਸਵਾਗਤ ਕਰਨ। ਇਹ ਸਾਡਾ ਕਵੀ ਦਰਬਾਰ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਕਿਉਂਕਿ ਸਾਰਾ ਕੁਛ ਜਿਹੜਾ ਹੈ ਸਰਕਾਰੀ ਤੌਰ 'ਤੇ, ਕਿਉਂਕਿ ਤੁਹਾਡੀ ਦੇਖ ਰੇਖ 'ਚ ਹੋ ਰਿਹਾ। ਮੈਂ ਬੇਨਤੀ ਕਰਾਂਗਾ ਕਿ ਇੱਕ ਵਾਰੀ ਕਿਰਪਾ ਕਰਕੇ ਸਟੇਜ 'ਤੇ ਆ ਜਾਣ। ਮੈਂ ਬੇਨਤੀ ਕਰਾਂਗਾ ਸਰਦਾਰ ਦਰਬਾਰ ਸਿੰਘ ਜੀ ਨੂੰ ਕਿ ਉਹ ਫੁੱਲਾਂ ਨਾਲ ਜ਼ੋਰਦਾਰ ਤਾੜੀਆਂ ਦੇ ਨਾਲ ਵਿਜੇ ਵਿਵੇਕ ਕਿਹਾ ਕਿ ਜਿਸਮ ਤੇ ਵੱਜਦੇ ਪੱਥਰਾਂ ਚੋਂ ਵੀ ਸੁਣ ਸਕਦੀ ਹੈ ਤਾਲ ਕੋਈ ਤਾਂ, ਜਿਸਮ ਤੇ ਵੱਜਦੇ ਪੱਥਰਾਂ ਚੋਂ ਵੀ ਸੁਣ ਸਕਦੀ ਹੈ ਤਾਲ ਕੋਈ ਤਾਂ, ਦਿਲ ਦੇ ਜੰਗਲ ਦੇ ਵਿੱਚ ਲੱਗੀ ਅੱਗ ਵਿੱਚ ਗੀਤ ਵੀ ਹੋ ਸਕਦੇ ਨੇ, ਔਰ ਮਨ ਦੇ ਰੇਗਿਸਤਾਨ 'ਚ ਵੀ ਸਰਗਮ ਦਾ ਚਸ਼ਮਾ ਫੁੱਟ ਸਕਦਾ ਹੈ, ਰੂਹ ਦੇ ਰੁੱਖ ਤੋਂ ਝੜਦੇ ਪੱਤੇ ਇੱਕ ਸੰਗੀਤ ਵੀ ਹੋ ਸਕਦੇ। ਜਿਸਮ ਤੇ ਵੱਜਦੇ ਪੱਥਰਾਂ 'ਚੋਂ ਵੀ ਸੁਣ ਸਕਦੀ ਹੈ ਤਾਲ ਕੋਈ ਤਾਂ, ਦਿਲ ਦੇ ਜੰਗਲ ਦੇ ਵਿੱਚ ਲੱਗੀ ਅੱਗ ਵਿੱਚ ਗੀਤ ਵੀ ਹੋ ਸਕਦੇ ਨੇ, ਔਰ ਮਨ ਦੇ ਰੇਗਿਸਤਾਨ 'ਚ ਵੀ ਸਰਗਮ ਦਾ ਚਸ਼ਮਾ ਫੁੱਟ ਸਕਦਾ ਹੈ, ਰੂਹ ਦੇ ਰੁੱਖ ਤੋਂ ਝੜਦੇ ਪੱਤੇ ਇੱਕ ਸੰਗੀਤ ਵੀ ਹੋ ਸਕਦੇ ਨੇ। ਔਰ ਸ਼ੇਰ ਦੇਖਣਾ ਕਿ ਸਾਗਰ ਵੱਲ ਨੂੰ ਵਹਿੰਦੇ ਪਾਣੀ ਪਰਬਤ ਵੱਲ ਵੀ ਮੁੜ ਸਕਦੇ ਨੇ, ਸਾਗਰ ਵੱਲ ਨੂੰ ਵਹਿੰਦੇ ਪਾਣੀ ਪਰਬਤ ਵੱਲ ਵੀ ਮੁੜ ਸਕਦੇ ਨੇ, ਪੌਣਾ ਵਿੱਚ ਭਟਕਦੇ ਪੱਤੇ ਮੁੜ ਸ਼ਾਖਾਂ ਸੰਗ ਜੁੜ ਸਕਦੇ ਨੇ। ਔਰ ਸੁੱਚਾ ਹੋਵੇ ਇਸ਼ਕ ਦਾ ਜਜ਼ਬਾ ਜੇਕਰ ਸਿਦਕ ਮੁਕੰਮਲ ਹੋਵੇ, ਤੱਤੀ ਤਵੀ ਤੇ ਭਟਦਾ ਰੇਤਾ ਠੰਡੇ ਸੀਤ ਵੀ ਹੋ ਸਕਦਾ। ਅਗਲੇ ਨੌਜਵਾਨ ਸ਼ਾਇਰ ਨੂੰ ਤੁਹਾਡੇ ਸਾਥੀ ਰੂਬਰੂ ਕਰ ਰਹੀ ਹਾਂ। ਪਟਿਆਲਾ ਯੂਨੀਵਰਸਿਟੀ ਦੇ ਵਿੱਚ ਯੂਥ ਡਿਪਾਰਟਮੈਂਟ ਦੇ ਨਾਲ ਸੰਬੰਧ ਰੱਖਦਾ ਹੈ। ਕਵਿਤਾ ਬੇਹੱਦ, ਕਿਉਂਕਿ ਮੈਂ ਸੁਣੀ ਹੋਈ ਹੈ, ਬਹੁਤ ਹੀ ਅੱਛਾ ਸ਼ਾਇਰ ਹੈ ਔਰ ਬਹੁਤ ਸਾਰੀਆਂ ਉਮੀਦਾਂ ਨੇ ਉਸ ਤੋਂ। ਜ਼ੋਰਦਾਰ ਤਾੜੀਆਂ ਦੇ ਨਾਲ ਗੁਰਸੇਵਕ ਬੰਦੀ। ਜਲਹਾ ਕੇ ਦੀਪ ਕਬਰਾਂ ਤੇ ਇਹ ਲੋਕੀ ਜਾਨ ਮੰਗਦੇ ਨੇ, ਜਲਾ ਕੇ ਦੀਪ ਕਬਰਾਂ ਤੇ ਇਹ ਲੋਕੀ ਜਾਨ ਮੰਗਦੇ ਨੇ। ਜੋ ਸਦੀਆਂ ਤੋਂ ਹੀ ਪੱਥਰ ਹੈ ਉਹ ਤੋਂ ਵਰਦਾਨ ਮੰਗਦੇ ਨੇ, ਜਲਾ ਕੇ ਦੀਪ ਕਬਰਾਂ ਤੇ। ਸ਼ੁਕਰੀਆ ਜੀ।
ਜ਼ਿੰਦਗੀ ਰੋੜ ਦਿੰਦੇ ਨੇ ਇਕੱਠੇ ਕਰਨ ਲਈ ਡਾਲਰ, ਜ਼ਿੰਦਗੀ ਰੋੜ ਦਿੰਦੇ ਨੇ ਇਕੱਠੇ ਕਰਨ ਲਈ ਡਾਲਰ, ਮੁੜ ਮੇਲੇ ਕਰਾਉਂਦੇ ਨੇ ਫਿਰ ਪਹਿਚਾਨ ਮੰਗਦੇ ਨੇ, ਮੁੜ ਮੇਲੇ ਕਰਾਉਂਦੇ ਨੇ ਫਿਰ ਪਹਿਚਾਨ ਮੰਗਦੇ ਨੇ, ਜਲਾ ਕੇ ਦੀਪ ਕਬਰਾਂ ਤੇ। ਔਰ ਸ਼ੇਰ ਸੁਣਨਾ, ਕਦੋਂ ਇਹ ਖਿੜਨ ਦਿੰਦੇ ਨੇ ਟਾਣੀ ਦੇ ਫੁੱਲ ਨੂੰ ਯਾਰੋ, ਕਦੋਂ ਇਹ ਖਿੜਨ ਦਿੰਦੇ ਨੇ ਟਾਣੀ ਦੇ ਫੁੱਲ ਨੂੰ ਯਾਰੋ, ਬਾਜ਼ਾਰਾਂ ਵਿੱਚ ਜਾਂਦੇ ਨੇ ਫਿਰ ਫੁੱਲਦਾਨ ਮੰਗਦੇ ਨੇ, ਬਾਜ਼ਾਰਾਂ ਵਿੱਚ ਜਾਂਦੇ ਨੇ ਫਿਰ ਫੁੱਲਦਾਨ ਮੰਗਦੇ ਨੇ, ਜਲਾ ਕੇ ਦੀਪ ਕਬਰਾਂ ਤੇ ਸੱਜਣੇ ਆਖਦੇ ਸਾਨੂੰ ਨਿਸ਼ਾਨੀ ਪਿਆਰ ਦੀ ਮੋੜੋ, ਤੇ ਸੱਜਣੇ ਆਖਦੇ ਸਾਨੂੰ ਨਿਸ਼ਾਨੀ ਪਿਆਰ ਦੀ ਮੋੜੋ, ਮੇਰੀ ਇਸ ਰੂਹ ਦੇ ਰਾਸ਼ਨ ਦੀ ਉਹ ਦੁਕਾਨ ਮੰਗਦੇ ਨੇ, ਮੇਰੀ ਇਸ ਰੂਹ ਦੇ ਰਾਸ਼ਨ ਦੀ ਉਹ ਦੁਕਾਨ ਮੰਗਦੇ ਨੇ, ਬੜੇ ਖੁਦ ਗਰਜ਼ ਨੇ ਸੱਜਣ ਅਸਾਂ ਤੋਂ ਛੱਡ ਨਹੀਂ ਹੁੰਦੇ, ਬੜੇ ਖੁਦ ਗਰਜ਼ ਨੇ ਸੱਜਣ ਅਸਾਂ ਤੋਂ ਛੱਡ ਨਹੀਂ ਹੁੰਦੇ, ਕਦੇ ਉਹ ਰੋਣ ਲਈ ਆਖਣ ਕਦੇ ਮੁਸਕਾਨ ਮੰਗਦੇ ਨੇ, ਕਦੇ ਉਹ ਰੋਣ ਲਈ ਆਖਣ ਕਦੇ ਮੁਸਕਾਨ ਮੰਗਦੇ ਨੇ। ਬਹੁਤ ਇਸ ਤੋਂ ਬਾਅਦ ਮੈਂ ਉਸ ਸ਼ਾਇਰ ਨੂੰ ਸੱਦਾ ਦੇ ਰਹੀ ਹਾਂ ਜਿਹਦਾ ਥੋੜ੍ਹਾ ਵਰਸਟੈਲਿਟੀ ਹੈ, ਉਹ ਇਸ ਕਰਕੇ ਕਿ ਉਹ ਰਹਿੰਦਾ ਤੇ ਹਰਿਆਣੇ 'ਚ ਅਤੇ ਉਰਦੂ 'ਚ ਉਸਦੀ ਮਾਸਟਰੀ ਹੈ ਪਰ ਲਿਖਦਾ ਉਹ ਪੰਜਾਬੀ 'ਚ। ਦੇਖੋ ਕਮਾਲ ਦਾ ਬੰਦਾ ਹੋਏਗਾ ਨਾ, ਔਰ ਕਮਾਲ ਦੇ ਨਾਲ ਵਾਹ ਅਖਵਾਨੀ ਵਾਹ ਕਮਾਲ ਗੱਲ ਹੋ ਜਾਂਦੀ ਹੈ। ਜ਼ੋਰਦਾਰ ਤਾੜੀਆਂ ਦੇ ਨਾਲ ਤਰਕਸ਼ ਪ੍ਰਦੀਪ ਸਾਹਿਬ। ਮੈਂ ਆਂ ਗੀਤ ਕੋਈ ਐਸਾ ਯਵਲੜਾ, ਮੈਂ ਆਂ ਗੀਤ ਕੋਈ ਐਸਾ ਯਵਲੜਾ ਜਿਹਦੀ ਕੋਈ ਤਾਲ ਸੁਰ ਨਾ, ਮੈਂ ਆਂ ਗੀਤ ਕੋਈ ਐਸਾ ਯਵਲੜਾ ਜਿਹਦੀ ਕੋਈ ਤਾਲ ਸੁਰ ਨਾ, ਮੈਂ ਆਂ ਰੋਂਦੀਆਂ ਅੱਖਾਂ ਦਾ ਸੁਫਨਾ ਤੇ ਮੇਰਾ ਇਹ ਅਖੀਰ ਖੁਰਨਾ, ਮੈਂ ਆਂ ਰੋਂਦੀਆਂ ਅੱਖਾਂ ਦਾ ਸੁਫਨਾ ਤੇ ਮੇਰਾ ਇਹ ਅਖੀਰ ਖੁਰਨਾ, ਮੈਂ ਆਂ ਇਸ਼ਕ ਜਮਾ ਤੇ ਤੇਰਾ ਪਾੜਾ, ਮੈਂ ਆਂ ਇਸ਼ਕ ਜਮਾ ਤੇ ਤੇਰਾ ਪਾੜਾ, ਮੈਂ ਇਹ ਕਿਵੇਂ ਫੇਲ ਹੋਣਾ, ਉਹ ਤੇਥੋਂ ਸਿੱਖਣਾ ਏ, ਉਹ ਤੇਥੋਂ ਸਿੱਖਣਾ ਏ ਸਾਹੀਂ ਵਸ ਜਾਵਣਾ, ਉਹ ਤੇਥੋਂ ਸਿੱਖਣਾ ਏ ਸਾਹੀਂ ਵਸ ਜਾਵਣਾ, ਮੈਂ ਅਤਰ ਫੁਲੇਲ ਹੋਵਣਾ, ਮੈਂ ਆਂ ਚਾਕ ਰੰਝੇਟੇ ਵਾਲੀ ਬੰਜਲੀ, ਚਾਕ ਰੰਝੇਟੇ ਵਾਲੀ ਬੰਜਲੀ ਤੇ ਹੀਰ ਮਤ ਪਿਆ ਫੁਰਨਾ, ਮੈਂ ਆਂ ਰੋਂਦੀਆਂ ਅੱਖਾਂ ਦਾ ਸੁਫਨਾ ਤੇ ਮੇਰਾ ਇਹ ਅਖੀਰ। ਮੈਨੂੰ ਪੜ ਵਫਾ ਦੇ ਚਾਨਣੇ, ਮੈਂ ਮੁਹੱਬਤ ਦੀ ਕਿਤਾਬ ਹਾਂ, ਸਦੀਆਂ ਤੋਂ ਤੇਰੀ ਸ਼ੋਹ ਨੂੰ ਸਹਿਕਦੀ ਤੇਰੀ ਮੁੰਤਜ਼ਰ ਹਾਂ, ਤੇਰੀ ਰਬਾਬ ਹਾਂ, ਮੇਰੀ ਰੂਹ ਨੂੰ ਅੱਜ ਪਹਿਚਾਣ ਲੈ ਇਹਦਾ ਕਿਣਕਾ ਕਿਣਕਾ ਸ਼ਾਨ ਲੈ, ਕਿ ਮੈਂ ਰੂਹ ਤੋਂ ਜਿਸਮ ਉਤਾਰ ਕੇ ਅੱਜ ਮਿਲ ਰਹੀ ਬੇਨਕਾਬ ਹਾਂ। ਇੰਨੀ ਬੁਲੰਦੀ ਦੇ ਨਾਲ, ਇੰਨੀ ਪਾਕੀਜ਼ਗੀ ਦੇ ਨਾਲ ਅਲਫਾਜ਼ਾਂ ਨੂੰ ਲੋਕਾਂ ਦੇ ਦਿਲਾਂ 'ਚ ਅਸਰ ਲਈ ਲੈ ਕੇ ਜਾਣ ਵਾਲੀ ਸ਼ਾਇਰਾ ਪਾ ਅਦਬ ਮੰਚ 'ਤੇ ਸੱਦਾ ਦੇ ਰਹੀਆਂ ਸੁਖਵਿੰਦਰ ਅੰਮ੍ਰਿਤ ਜੀ ਨੂੰ। ਕਦੇ ਬੁਝਦੀ ਜਾਂਦੀ ਉਮੀਦ ਹਾਂ, ਕਦੇ ਜਗ ਮਗਾਉਂਦਾ ਯਕੀਨ ਹਾਂ, ਤੂੰ ਗੁਲਾਬ ਸੀ ਜਿੱਥੇ ਵਿਚਣੇ, ਮੈਂ ਉਹੀ ਉਦਾਸ ਜ਼ਮੀਨ ਹਾਂ। ਤੂੰ ਗੁਲਾਬ ਸੀ ਜਿੱਥੇ ਬੀਜਣੇ, ਮੈਂ ਉਹੀ ਉਦਾਸ ਜ਼ਮੀਨ ਹਾਂ, ਮੈਨੂੰ ਭਾੜ ਨਾ ਮਹਿਸੂਸ ਕਰ, ਮੇਰਾ ਸੇਕ ਸਹਿ ਮੇਰਾ ਦਰਦ ਜਰ, ਮੈਨੂੰ ਭਾੜ ਨਾ ਮਹਿਸੂਸ ਕਰ, ਮੇਰਾ ਸੇਕ ਸਹਿ ਮੇਰਾ ਦਰਦ ਜਰ, ਤੇਰੇ ਐਨ ਦਿਲ ਵਿੱਚ ਧੜਕਦੀ ਕੋਈ ਰਗ, ਮੈਂ ਬਹੁਤ ਮਹੀਨ ਹਾਂ।
ਉਹੀ ਜ਼ਿੰਦਗੀ ਦੀ ਨਾਰਾਜ਼ਗੀ, ਉਹੀ ਵਕਤ ਦੀ ਬੇਲਿਹਾਜ਼ਗੀ। ਉਹੀ ਜ਼ਿੰਦਗੀ ਦੀ ਨਾਰਾਜ਼ਗੀ, ਉਹੀ ਵਕਤ ਦੀ ਬੇਲਿਹਾਜ਼ਗੀ, ਉਹੀ ਦਰਦ ਮੁੱਢ ਕਦੀਮ ਦਾ, ਪਰ ਨਜ਼ਮ ਤਾਜ਼ਾ ਤਰੀਨ ਹਾਂ। ਹੁਣ ਹੋਰ ਬਹਿਸ ਫਜ਼ੂਲ ਹੈ, ਇਸ ਚੰਨ ਨੂੰ ਦਾਗ ਕਬੂਲ ਹੈ। ਹੁਣ ਹੋਰ ਬਹਿਸ ਫਜ਼ੂਲ ਹੈ, ਇਸ ਚੰਨ ਨੂੰ ਦਾਗ ਕਬੂਲ ਹੈ, ਕਿ ਮੈਂ ਸ਼ੀਸ਼ਿਆਂ ਤੋਂ ਕੀ ਪੁੱਛਣਾ, ਜੇ ਤੇਰੀ ਨਜ਼ਰ 'ਚ ਹੁਸੀਨ ਹਾਂ। ਹੁਣ ਹੋਰ ਬਹਿਸ ਫਜ਼ੂਲ ਹੈ, ਇਸ ਚੰਨ ਨੂੰ ਦਾਗ ਕਬੂਲ ਹੈ, ਕਿ ਮੈਂ ਸ਼ੀਸ਼ਿਆਂ ਤੋਂ ਕੀ ਪੁੱਛਣਾ, ਜੇ ਤੇਰੀ ਨਜ਼ਰ 'ਚ ਹਸੀਨ ਹਾਂ। ਮੈਂ ਪਿਘਲ ਰਹੀ ਤੇਰੇ ਪਿਆਰ ਵਿੱਚ ਅਤੇ ਢਲ ਰਹੀ ਇਜ਼ਹਾਰ ਵਿੱਚ। ਮੈਂ ਪਿਘਲ ਰਹੀ ਤੇਰੇ ਪਿਆਰ ਵਿੱਚ ਅਤੇ ਢਲ ਰਹੀ ਇਜ਼ਹਾਰ ਵਿੱਚ, ਉਹ ਹਨੇਰ ਵਿੱਚ ਮੈਨੂੰ ਢੂੰਡ ਦੇ ਤੇ ਮੈਂ ਰੋਸ਼ਨਾਈ 'ਚ ਲੀਨ ਹਾਂ। ਕੋਈ ਦਰਦ ਪੈਰਾਂ 'ਚ ਵਿੱਚ ਗਿਆ, ਕੋਈ ਜ਼ਖਮ ਸੀਨੇ ਨੂੰ ਲੱਗ ਗਿਆ। ਕੋਈ ਦਰਦ ਪੈਰਾਂ 'ਚ ਵਿੱਚ ਗਿਆ, ਕੋਈ ਜ਼ਖਮ ਸੀਨੇ ਨੂੰ ਲੱਗ ਗਿਆ। ਇੱਕ ਹਾਦਸੇ ਨੇ ਇਹ ਦੱਸਿਆ, ਮੈਂ ਅਜੇ ਵੀ ਦਿਲ ਦੀ ਹੁਸੀਨ ਹਾਂ। ਕੋਈ ਦਰਦ ਪੈਰਾਂ 'ਚ ਵਿੱਚ ਗਿਆ, ਕੋਈ ਜ਼ਖਮ ਸੀਨੇ ਨੂੰ ਲੱਗ ਗਿਆ। ਇੱਕ ਹਾਦਸੇ ਨੇ ਇਹ ਦੱਸਿਆ, ਮੈਂ ਅਜੇ ਵੀ ਦਿਲ ਦੀ ਹੁਸੀਨ ਹਾਂ। ਮੈਨੂੰ ਹਰ ਤਰ੍ਹਾਂ ਹੀ ਅਜ਼ੀਜ਼ ਹੈ ਇਹ ਜੋ ਖਾਰਾ ਸਾਗਰ ਇਸ਼ਕ ਦਾ। ਮੈਨੂੰ ਹਰ ਤਰ੍ਹਾਂ ਹੀ ਅਜ਼ੀਜ਼ ਹੈ ਇਹ ਜੋ ਖਾਰਾ ਸਾਗਰ ਇਸ਼ਕ ਦਾ। ਕਦੇ ਮਚਲਦੀ ਹੋਈ ਲਹਿਰ ਹਾਂ, ਕਦੇ ਤੜਪਦੀ ਹੋਈ ਮੀਨ ਹਾਂ। ਕਦੇ ਬੁੱਝਦੀ ਜਾਂਦੀ ਉਮੀਦ ਹਾਂ, ਕਦੇ ਜਗ ਮਗਾਉਂਦਾ ਯਕੀਨ ਹਾਂ। ਤੂੰ ਗੁਲਾਬ ਸੀ ਜਿੱਥੇ ਬੀਜਣੇ, ਮੈਂ ਉਹੀ ਉਦਾਸ ਜ਼ਮੀਨ ਹਾਂ। ਮੈਨੂੰ ਭਾਲ ਨਾ, ਮਹਿਸੂਸ ਕਰ, ਮੇਰਾ ਸੇਕ ਸਹਿ, ਮੇਰਾ ਦਰਦ ਜਰ, ਤੇਰੇ ਐਨ ਦਿਲ ਵਿੱਚ ਧੜਕਦੀ ਕੋਈ ਰੰਗ ਮੈਂ ਬਹੁਤ ਮਹੀਨ। ਆਪ ਸਭ ਦਾ ਪ੍ਰਾਈਮ ਏਸ਼ੀਆ ਟੀਵੀ ਨੂੰ ਅਥਾਹ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ। ਸਾਡੇ ਅਗਲੇ ਪ੍ਰੋਗਰਾਮਾਂ ਦੀਆਂ ਅਪਡੇਟਸ ਲਈ YouTube ਤੇ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾਓ ਤੇ ਸਾਡੇ Facebook ਪੇਜ ਨੂੰ ਲਾਈਕ ਕਰਨਾ ਵੀ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।